ਪੰਜਾਬੀ ਖਬਰਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। ਕੈਨੇਡਾ ਲੈ ਚੱਲਦੇ ਜਿੱਥੋਂ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ, ਕਮੌਤਰੀ ਵਿਦਿਆਰਥੀਆਂ ਦੇ ਵਿਦੇਸ਼ੀ ਕਾਮਿਆਂ ਲਈ ਕੈਨੇਡਾ ਸਰਕਾਰ ਵੱਲੋਂ ਇੱਕ ਵੱਡਾ ਰਾਹਤ ਭਰਿਆ ਪੈਗਾਮ ਨਿਕਲ ਕੇ ਇੱਕ ਵੱਡਾ ਐਲਾਨ ਕਰ ਦਿੱਤਾ। ਕੈਨੇਡਾ ਸਰਕਾਰ ਨੇ ਆਪਣੇ ਮੁਲਕ ਦੇ ਵਿੱਚ ਸਾਰੇ ਦਰਵਾਜ਼ੇ ਜਿੱਥੇ ਬੰਦ ਕਰ ਦਿੱਤੇ ਸੀ, ਕੋਈ ਵੀ ਵਿਦਿਆਰਥੀ ਜਾਂ ਸਟੂਡੈਂਟ ਇਹਨਾਂ ਦੇ ਮੁਲਕ ਵਿੱਚ ਦਾਖਲ ਨਹੀਂ ਹੋ ਸਕਦਾ ਸੀ, ਉਸ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ। ਤੇ ਲੋਕ ਸੁਰੱਖਿਆ ਮੰਤਰੀ ਬਿੱਲ ਬਲੇਅਰ ਨੇ ਕਿਹਾ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਕਮੌਤਰੀ ਵਿਦਿਆਰਥੀ ਤੇ ਟੈਂਪਰੇਰੀ ਫੋਰਨਰ ਵਰਕਰਾਂ ਨੂੰ ਕੈਨੇਡਾ ਪਹੁੰਚਣ ਉਪਰੰਤ 14 ਦਿਨ ਤੱਕ ਇਕੱਲਿਆਂ ਰੱਖਿਆ ਜਾਵੇਗਾ। ਇੱਕ ਵੱਡਾ ਐਲਾਨ ਬਿੱਲ ਬਲੇਅਰ ਵੱਲੋਂ ਕੀਤਾ ਗਿਆ ਤੇ ਕੋਰੋਨਾ ਵਾਇਰਸ ਦੀ ਮਹਾਮਾਰੀ ਜਦੋਂ ਫੈਲੀ ਹੈ ਉਸ ਤੋਂ ਬਾਅਦ ਕੈਨੇਡਾ ਨੇ ਵਿਦੇਸ਼ੀ ਸਟੂਡੈਂਟਾਂ ਨੂੰ ਤੇ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੇ ਰੋਕ ਲਗਾ ਦਿੱਤੀ ਸੀ, ਪਰ ਹੁਣ ਬਿੱਲ ਬਲੇਅਰ ਨੇ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟ ਤੇ ਟੈਂਪਰੇਰੀ ਵਰਕਰਾਂ ਦੇ ਦਾਖਲੇ ਤੇ ਛੋਟ ਦੇ ਦਿੱਤੀ ਗਈ ਹੈ। ਉਹਨਾਂ ਜਿਹੜੇ ਕਮੌਤਰੀ ਵਿਦਿਆਰਥੀਆਂ ਕੋਲ ਕੈਨੇਡਾ ਦਾ ਵੀਜ਼ਾ ਹੈ, ਮੌਜੂਦ ਹੈ, ਉਹ ਜਹਾਜ਼ ਚੜ ਕੇ ਕੈਨੇਡਾ ਪਹੁੰਚ ਸਕਦੇ ਨੇ ਤੇ 14 ਦਿਨ ਉਹਨਾਂ ਨੂੰ ਇਕੱਲਿਆਂ ਰੱਖਿਆ ਜਾਊਗਾ ਉੱਥੇ ਹੀ। ਟਰੂਡੋ ਸਰਕਾਰ ਦੇ ਤਾਜ਼ਾ ਐਲਾਨ ਤੋਂ ਬਾਅਦ ਹਜ਼ਾਰਾਂ ਇੰਟਰਨੈਸ਼ਨਲ ਸਟੂਡੈਂਟਾਂ ਨੇ ਸੁੱਖ ਦਾ ਸਾਹ ਲਿੱਤਾ ਤੇ ਕੈਨੇਡਾ ਦਾ ਵੀਜ਼ਾ ਮਿਲ ਚੁੱਕਿਆ ਸੀ ਉਹਨਾਂ ਨੂੰ, ਲੇਕਿਨ ਆਵਾਜਾਈ ਦੀ ਬੰਦਿਸ਼ਾਂ ਤੋਂ ਬਾਅਦ ਉਹ ਕੈਨੇਡਾ ਨਹੀਂ ਜਾ ਸਕਦੇ ਸੀ, ਜਿਸ ਕਰਕੇ ਇੱਕ ਵੱਡਾ ਚਿੰਤਾ ਦਾ ਵਿਸ਼ਾ ਉਹ ਉਹਨਾਂ ਮਾਪਿਆਂ ਵਾਸਤੇ ਬਣ ਗਿਆ ਸੀ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਕਾਲਜਾਂ ਦੇ ਵਿੱਚ ਲੱਖਾਂ ਰੁਪਏ ਫੀਸਾਂ ਭਰੀਆਂ ਸੀ, ਪਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਭਵਿੱਖ ਨੂੰ ਲੈ ਕੇ ਵੱਡੀ ਚਿੰਤਾ ਸਤਾ ਰਹੀ ਸੀ ਕਿ ਸਾਡੇ ਬੱਚਿਆਂ ਨਾਲ ਕੀ ਹੋਏਗਾ। ਉੱਥੇ ਹੀ ਟੈਂਪਰੇਰੀ ਵਰਕਰਾਂ ਦੀ ਜੇਕਰ ਗੱਲ ਕੀਤੀ ਜਾਵੇ, ਜੇਕਰ ਟੈਂਪਰੇਰੀ ਵਰਕਰ ਕੈਨੇਡਾ ਦੇ ਵਿੱਚ ਨਹੀਂ ਪਹੁੰਚਦੇ ਤਾਂ ਕੈਨੇਡਾ ਦੇ ਵਿੱਚ ਬਾਗਬਾਨੀ ਤੇ ਫਾਰਮਰਸ ਦਾ ਵੱਡਾ ਨੁਕਸਾਨ ਜਿਹੜਾ ਕਿ ਹੋ ਸਕਦਾ, ਜਿਸ ਨੂੰ ਦੇਖਦਿਆਂ ਹੋਇਆਂ ਇਹ ਵੱਡਾ ਐਲਾਨ ਕਰ ਦਿੱਤਾ। ਤੇ ਤੁਹਾਨੂੰ ਦੱਸ ਦਈਏ ਕਿ ਟੈਂਪਰੇਰੀ ਤੇ ਕਮੌਤਰੀ ਵਿਦਿਆਰਥੀਆਂ ਨੂੰ ਹੁਣ ਕੈਨੇਡਾ ਦੇ ਵਿੱਚ ਐਂਟਰੀ ਮਿਲੇਗੀ, ਕੈਨੇਡਾ ਦੇ ਵਿੱਚ ਉਹ ਜਾ ਸਕਦੇ ਨੇ। ਬਿੱਲ ਬਲੇਅਰ ਦਾ ਇੱਕ ਵੱਡਾ ਬਿਆਨ ਨਿਕਲ ਕੇ ਆ ਰਿਹਾ ਕੈਨੇਡਾ ਤੋਂ। ਹੋਰ ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ .com ਦੇ ਨਾਲ।